ਪਾਬੰਦੀ ਜਿਹੜੀ ਸਰਕਾਰ ਵੱਲੋਂ ਫੈਸਲਾ ਹੋਇਆ ਹੋਇਆ ਇਹਨੂੰ ਲਾਗੂ ਕਰਨ ਵਾਸਤੇ ਬੇਨਤੀ ਕੀਤੀ ਹੈ ਔਰ ਸਾਰੇ ਕੌਂਸਲਰ ਦੇ ਮੈਂਬਰਾਨ ਸਾਹਿਬਾਨ ਅੱਜ ਇੱਥੇ ਨੇ, ਪ੍ਰਧਾਨ ਜੀ, ਈਓ ਸਾਹਿਬ, ਐਸਡੀਐਮ ਸਾਹਿਬ ਔਰ ਖਾਸ ਕਰਕੇ ਪੱਤਰਕਾਰ ਵੀਰ ਜਿਨ੍ਹਾਂ ਨੇ ਬਹੁਤ ਵੱਡਾ ਇਹਦੇ 'ਚ ਦਾਨ ਮੈਸੇਜ ਪਹੁੰਚਾਉਣ 'ਚ ਵੱਡਾ ਇਹ ਕੰਮ ਹੈ ਇਹਨਾਂ ਦਾ। ਸਾਰੇ ਪੱਤਰਕਾਰਾਂ ਨੇ, ਸਾਰੇ ਲੋਕਾਂ ਨੇ ਇੱਕ ਮੁੱਠ ਹੋ ਕੇ ਕਿਹਾ ਕਿ ਇਹਨੂੰ ਲਾਗੂ ਕਰਾਇਆ ਜਾਏ ਔਰ ਸਾਰਿਆਂ ਨੂੰ ਬੇਨਤੀ ਕੀਤੀ ਹੈ ਔਰ ਅੱਜ ਸਾਰਿਆਂ ਨੇ ਰਲ ਕੇ ਅੱਜ ਫੈਸਲਾ ਲਿਆ ਕਿ ਇੱਕ ਹਫ਼ਤਾ ਦੁਕਾਨਦਾਰਾਂ ਨੂੰ ਦਿੱਤਾ ਜਾਵੇ ਤਾਂ ਕਿ ਜਿਹੜਾ ਕੋਲ ਲਿਫਾਫੇ ਹੈਗੇ ਆ ਆਪਣੇ ਨਿਬੇੜਨ, ਉਸ ਤੋਂ ਬਾਅਦ ਇੱਕ ਹਫ਼ਤੇ ਤੋਂ ਬਾਅਦ ਜਿਹੜਾ ਦੁਕਾਨਦਾਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰੇਗਾ, ਆਹ ਸਾਰੇ ਬੈਠੇ ਨੇ ਐਸਡੀਐਮ ਸਾਹਿਬ ਅਤੇ ਮਿਊਂਸੀਪਲ ਕੌਂਸਲ ਆ ਰਹੇ, ਉਹਨਾਂ ਦੇ ਖਿਲਾਫ ਦੁਕਾਨਦਾਰਾਂ ਦੇ ਕੋਈ ਵੀ ਮਾਪਦੰਡ ਹੈ ਉਹਦੇ ਮੁਤਾਬਕ ਉਹਨਾਂ 'ਤੇ ਲਾਗੂ ਹੋਏ। ਸੋ ਮੇਰੀ ਬੇਨਤੀ ਹੈ ਕਿ ਮਹਾਰਾਜਾ ਹੀਰਾ ਸਿੰਘ ਦੀ ਨਗਰੀ ਹੈ, ਇਹਨੂੰ ਸੋਹਣਾ ਬਣਾਉਣ ਵਾਸਤੇ, ਇਹਨੂੰ ਸਾਫ਼ ਸੁਥਰਾ ਬਣਾਉਣ ਵਾਸਤੇ ਸਾਰਿਆਂ ਨੇ ਅਹਿਦ ਲਿਆ ਔਰ ਸਾਰਿਆਂ ਦਾ ਫਰਜ਼ ਬਣਦਾ ਕਿ ਨਵਾਂ ਸ਼ਹਿਰ ਪੰਜਾਬ 'ਚ ਨਹੀਂ, ਹਿੰਦੁਸਤਾਨ 'ਚ ਨਹੀਂ, ਪੂਰੀ ਦੁਨੀਆ 'ਚ, ਕਿਉਂਕਿ ਰਿਆਸਤੀ ਸ਼ਹਿਰ ਹੈ, ਇਹਨੂੰ ਲੋਕ ਜਾਣਦੇ ਨੇ, ਮਹਾਰਾਜਾ ਹੀਰਾ ਸਿੰਘ ਦੀ ਨਗਰੀ ਹੈ, ਇਹਨੂੰ ਸਾਫ਼ ਸੁਥਰਾ ਰੱਖਣ 'ਚ ਸਾਰੇ ਨਾਭੇ ਦੇ ਲੋਕ ਸਾਡਾ ਸਾਰਿਆਂ ਦਾ ਸਾਥ ਦੇਣ, ਇਹ ਮੇਰੀ ਬੇਨਤੀ ਹੈ ਕਿ ਆਪ ਵੀ ਹਟੀਏ ਲਿਫਾਫਿਆਂ ਤੋਂ, ਦੂਜਿਆਂ ਨੂੰ ਵੀ ਰੋਕੀਏ। ਛੋਟੇ ਖਿਆਲ ਨੇ, ਕੋਰੀਡੋਰ ਨੂੰ ਰੋਕਣ ਵਾਲਾ ਬੰਦਾ ਉਹ ਗੁਰੂ ਨਾਨਕ, ਪੂਰੀ ਦੁਨੀਆ ਦੇ ਗੁਰੂ ਸੀ, ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ, ਪੂਰੀ ਦੁਨੀਆ ਦਾ ਭਲਾ ਮੰਗਣ ਵਾਲੇ ਸੀ, ਪੂਰੀ ਦੁਨੀਆ ਦੇ ਗੁਰੂ ਨੇ, ਉਹਨਾਂ 'ਤੇ ਕੋਈ ਜਾਤ ਪਾਤ, ਕੋਈ ਦੇਸ਼ ਔਰ ਵਿਦੇਸ਼ ਕੋਈ ਲਾਗੂ ਨਹੀਂ ਹੁੰਦਾ। ਜਿਹੜੇ ਲੋਕ ਗੁਰੂ ਨਾਨਕ ਸਾਹਿਬ ਦੇ ਕੋਰੀਡੋਰ 'ਤੇ ਗੱਲ ਕਰਦੇ ਨੇ, ਸਵਾਲ ਉਠਾਉਂਦੇ ਨੇ, ਉਹ ਇੱਥੇ ਵੀ ਭੁਗਤਣਗੇ ਅਤੇ ਅੱਗੇ ਵੀ ਭੁਗਤਣਗੇ। ਬਿਲਕੁਲ ਜਲਦੀ ਪਹਿਲਾਂ ਕਰਨਾ ਚਾਹੀਦਾ ਸੀ ਉਹਨਾਂ ਨੂੰ ਔਰ ਮੈਂ ਤਾਂ ਸਮਝਦਾ ਕਿ ਆ ਬਾਦਲ ਦੀ ਨੂੰਹ ਹੈਗੀ ਜਿਹੜੀ, ਆ ਮੁੰਡਾ ਸੁਖਵੀਰ ਬਾਦਲ ਹੈ, ਉਹਦੀ ਨੂੰਹ, ਉਹਦੀ ਘਰਵਾਲੀ ਆ, ਦੋਨੋਂ ਜਿੱਤ ਕੇ ਨਾ ਮਿਨਿਸਟਰ ਬਣੀ ਆ, ਉਹ ਤੋਂ 54 ਤਾਂ ਪਾਈ ਲਿਆ, ਉਹ ਪੰਜਾਬ ਵਾਸਤੇ ਕੋਈ ਮੰਗਦੇ ਹੀ ਨਹੀਂ, ਇਹ ਤਾਂ ਕਹਿੰਦੇ ਰੱਬਾ ਸਾਰੀ ਮੰਤਰੀ ਬਣਾ ਬਚਾਈ ਰੱਖਿਓ। ਕੈਪਟਨ ਸਾਹਿਬ ਦਿਨ ਰਾਤ ਮਿਹਨਤ ਲੱਗੇ ਹੋਏ ਨੇ ਔਰ ਲਗਾਤਾਰ 6-7 ਦਿਨ ਤੋਂ ਪੰਜਾਬ ਦੇ ਪਿੰਡਾਂ 'ਚ ਹਰ ਥਾਂ ਦੌਰਾ ਕੀਤਾ ਔਰ ਪ੍ਰਧਾਨ ਮੰਤਰੀ ਜੀ ਨੂੰ ਉਹਨਾਂ ਨੇ ਲਿਖਿਆ ਰਾਹਤ ਲਈ 1,000 ਕਰੋੜ ਰੁਪਇਆ ਮੰਗਿਆ ਔਰ ਮੈਂ ਸਮਝਦਾ ਕਿ ਜੇ ਪ੍ਰਧਾਨ ਮੰਤਰੀ ਪੰਜਾਬ ਨੂੰ ਦੇਸ਼ ਦਾ ਅੰਗ ਸਮਝਦੇ ਨੇ ਤਾਂ ਫੌਰੀ ਤੌਰ 'ਤੇ 1,000 ਕਰੋੜ ਰੁਪਇਆ ਨਾਲ ਦੀ ਨਾਲ ਰਿਲੀਜ਼ ਕਰਨਾ ਚਾਹੀਦਾ। ਇਹ ਬਾਦਲ ਨੇ ਤਾਂ ਤੁਹਾਨੂੰ ਪਤਾ ਹੀ ਹੈ, ਇਹਨਾਂ ਤਾਂ ਕੁਰਸੀ ਚਾਹੀਦੀ ਆ, ਪੰਜਾਬ ਦੇ ਲੋਕਾਂ ਦੀ ਪਰਵਾਹ ਨਹੀਂ ਹੈ, ਇਹਨਾਂ ਨੂੰ ਹਮੇਸ਼ਾ ਬਾਦਲ ਸਾਹਿਬ ਨੂੰ ਆਪਣੀ ਕੁਰਸੀ ਦੀ, ਕਦੇ ਸੁਖਵੀਰ ਦੀ ਕੁਰਸੀ ਦੀ, ਹੁਣ ਨੂੰਹ ਰਾਣੀ ਉਹਦੀ ਕੁਰਸੀ ਦੀ ਬਚਾਉਣ ਦੀ ਗੱਲ ਹੈ, ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ। ਜੇਤਲੀ ਬਹੁਤ ਹੀ ਅੱਛਾ ਵਿਅਕਤੀ ਸੀ ਔਰ ਮੈਂ ਸਮਝਦਾ ਪਾਰਟੀ ਤੋਂ ਉੱਪਰ ਉੱਠ ਕੇ ਵੀ ਉਹ ਦੇਸ਼ ਭਗਤ ਸੀ, ਦੇਸ਼ ਲਈ ਕੁਛ ਕਰਨਾ ਚਾਹੁੰਦਾ ਸੀ। ਉਹਨਾਂ ਦੀ ਬੇਵਕਤ ਮੌਤ ਹੋਈ ਆ, ਇਹਦਾ ਘਾਟਾ ਪੂਰਾ ਨਹੀਂ ਹੋ ਸਕਦਾ। ਮੈਂ ਆਪਣੇ ਵੱਲੋਂ, ਪਰਿਵਾਰਕ ਤੌਰ 'ਤੇ, ਪੰਜਾਬ ਸਰਕਾਰ ਵੱਲੋਂ ਦੁੱਖ ਇਜ਼ਹਾਰ ਕਰਦਾ।